ਕਹਿੰਦੇ ਇੱਕ ਬੱਚਾ ਰੇਤੇ ਨਾਲ ਖੇਡ ਰਿਹਾ ਸੀ, ਗਿੱਲਾ ਰੇਤਾ ਸੀ, ਰੇਤੇ ਦੀਆਂ ਢੇਰੀਆਂ ਬਣਾਈ ਜਾਵੇ, ਇੱਕ ਬਣਾ ਲਈ, ਦੋ ਬਣਾ ਲਈਆਂ, ਤਿੰਨ ਬਣਾ ਲਈਆਂ, ਚਾਰ ਬਣਾ ਲਈਆਂ, ਪੰਜ ਛੇ ਉਹਨੇ ਢੇਰੀਆਂ ਬਣਾ ਲਈਆਂ, ਤਾਂ ਦੂਰ ਬੈਠਾ ਇੱਕ ਬਜ਼ੁਰਗ ਦੇਖੀ ਗਿਆ ਵੀ ਬੱਚਾ ਰੇਤੇ ਦੀਆਂ ਢੇਰੀਆਂ ਬਣਾ ਰਿਹਾ। ਜਦੋਂ ਰੇਤੇ ਦੀਆਂ ਉਹਨੇ ਢੇਰੀਆਂ ਬਣਾ ਲਈਆਂ ਤਾਂ ਉਹਨੇ ਸਾਰੀਆਂ ਢੇਰੀਆਂ ਢਾ ਕੇ ਇੱਕ ਢੇਰੀ ਰੱਖ ਲਈ, ਤਾਂ ਉਹ ਸਿਆਣਾ ਬਜ਼ੁਰਗ ਬੈਠਾ ਦੇਖੀ ਗਿਆ। ਅਖੀਰ ਨੂੰ ਉਹ ਉੱਠ ਕੇ ਬੱਚੇ ਦੇ ਕੋਲ ਆ ਗਿਆ, ਕਹਿੰਦਾ ਪੁੱਤਰ ਤੁਸੀਂ ਇਹ ਕੀ ਕਰਦੇ ਹੋ, ਨਾਲੇ ਢੇਰੀਆਂ ਬਣਾਈ ਜਾਂਦੇ ਹੋ ਨਾਲੇ ਢਾਈ ਜਾਂਦੇ ਹੋ। ਕਹਿੰਦਾ ਬਾਬਾ ਜੀ ਮੈਂ ਇਹ ਢੇਰੀਆਂ ਆਪਣੀ ਮਾਂ ਦੀ ਢੇਰੀ ਵੀ ਢਾਤੀ, ਪਿਓ ਦੀ ਵੀ ਢਾਤੀ, ਭੈਣਾਂ ਭਾਈਆਂ ਦੀਆਂ ਵੀ ਢਾਤੀਆਂ, ਰਿਸ਼ਤੇਦਾਰਾਂ ਦੀਆਂ ਵੀ ਢਾਤੀਆਂ, ਸਭ ਦੀਆਂ ਕਹਿੰਦਾ ਢੇਰੀਆਂ ਢਾਤੀਆਂ। ਉਹ ਕਹਿੰਦਾ ਫਿਰ ਆਹ ਢੇਰੀ ਜਿਹੜੀ ਰੱਖੀ ਹੈ ਤਾਂ ਇਹ ਕਿਹਦੀ ਰੱਖੀ ਹੈ? ਕਹਿੰਦਾ ਇਹ ਵਾਹਿਗੁਰੂ ਦੀ ਹੈ, ਸੱਚੇ ਪਾਤਸ਼ਾਹ ਦੀ ਹੈ, ਇਹੀ ਮੇਰੇ ਨਾਲ ਹੈ, ਬਾਕੀ ਸਾਰੀਆਂ ਢੇਰੀਆਂ ਝੂਠੀਆਂ ਨੇ, ਕਿਸੇ ਨੇ ਮੇਰਾ ਸਾਥ ਨਹੀਂ ਦੇਣਾ ਹੈਗਾ, ਇਹ ਸਿਰਫ ਮੈਂ ਪਰਮਾਤਮਾ ਦੀ ਢੇਰੀ ਰੱਖੀ ਹੈ। ਦੋਸਤੋ ਇਹ ਤਾਂ ਉਹ ਗੱਲ ਹੋ ਗਈ ਜਿੱਦਾਂ ਕਹਿੰਦੇ ਹੁੰਦੇ ਆ, ਹੋਰ ਸਭੇ ਢਾਈਆਂ ਢੇਰੀਆਂ, ਇੱਕ ਤੱਕਿਆ ਆਸਰਾ ਤੇਰਾ। ਬਹੁਤ ਵਧੀਆ ਮੈਸੇਜ ਮਿਲਦਾ ਇਹ ਕਹਾਣੀ ਚੋਂ, ਮੈਂ ਕਿਹਾ ਚਲੋ ਸਾਰਿਆਂ ਨਾਲ ਸਾਂਝੀ ਕਰਦੇ ਹਾਂ। ਚਲੋ ਠੀਕ ਹੈ ਜੀ, ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਜੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।